ਬਠਿੰਡਾ ਦੇ ਗੁਰੂ ਨਾਨਕਪੁਰਾ ਵਿੱਚ ਇੱਕ ਮਕਾਨ ਮਾਲਕਣ ਅਤੇ ਕਿਰਾਏਦਾਰਨੀ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ। ਇਸ ਦੌਰਾਨ ਦੋਵੇਂ ਔਰਤਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਕਾਨ ਮਾਲਕਣ ਸੁਸ਼ਮਾ ਰਾਣੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਵਿਆਹ ਤੇ ਗਏ ਹੋਏ ਸਨ ਅਤੇ ਮਗਰੋਂ ਉਹਨਾਂ ਦੇ ਕਿਰਾਏਦਾਰਾਂ ਵੱਲੋਂ ਉਹਨਾਂ ਦੇ ਘਰ ਵਿੱਚ ਚੋਰੀ ਕਰ ਲਈ ਗਈ। ਉਸ ਨੇ ਦੱਸਿਆ ਕਿ ਅਸੀਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਕਿਰਾਏਦਾਰਾਂ ਨੂੰ ਥਾਣੇ ਲੈ ਗਈ। ਉਸ ਨੇ ਕਿਹਾ ਕਿ ਕਿਰਾਏਦਾਰਾਂ ਨੇ ਵਾਪਸ ਆਉਂਦਿਆਂ ਹੀ ਉਹਨਾਂ ਦੀ ਕੁੱਟਮਾਰ ਕੀਤੀ। ਉੱਥੇ ਕਿਰਾਏਦਾਰ ਨੇ ਸਰਬਜੀਤ ਕੌਰ ਨੇ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਦੋਂ ਉਹ ਵਾਪਸ ਆਏ ਤਾਂ ਮਕਾਨ ਮਾਲਕਾਂ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਗਲੀ ਵਿੱਚ ਆ ਕੇ ਉਸਨੇ ਚਾਕੂ ਮਾਰ ਲਿਆ। ਉਧਰ ਸਿਵਲ ਹਸਪਤਾਲ ਦੇ ਡਾਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਦੋਵੇਂ ਔਰਤਾਂ ਹਸਪਤਾਲ ਵਿੱਚ ਦਾਖਲ ਹਨ ਅਤੇ ਉਹਨਾਂ ਵੱਲੋਂ ਇਸ ਸੰਬੰਧੀ MLR ਕੱਟ ਕੇ ਪੁਲਿਸ ਨੂੰ ਭੇਜ ਦਿੱਤੀ ਗਈ ਹੈ। ਸਾਡੇ ਕਿਰਾਏਦਾਰਾਂ ਨਾਲ ਚੋਰੀ ਹੋ ਗਈ, ਸਾਡੇ ਸਾਰਾ ਕੁਛ ਲੁੱਟ ਕੇ ਲੈ ਗਏ ਕਿਰਾਏਦਾਰ। ਅਸੀਂ ਮੈਰਿਜ 'ਤੇ ਗਏ ਹੋਏ ਸੀਗੇ, ਅਸੀਂ ਉਹਨਾਂ 'ਤੇ ਕਾਰਵਾਈ ਸ਼ੁਰੂ ਕੀਤੀ, ਪੁਲਿਸ 'ਚ ਕੰਪਲੇਂਟ ਲਾਈ। ਸਵੇਰੇ 11:30 ਉਹਨਾਂ ਨੂੰ ਪੁਲਿਸ ਫੜ ਕੇ ਲੈ ਗਈ ਗੀ। ਹੁਣ 11:30 ਦੇ ਲੈ ਕੇ ਗਏ, 3 ਵਜੇ ਉਹ ਵਾਪਸ ਆਏ, ਮੈਨੂੰ ਅੰਦਰੋਂ ਖਿੱਚ ਲਿਆਈ ਗੀ, ਅੰਦਰੋਂ ਖਿੱਚ ਕੇ ਕੁੱਟਮਾਰ ਕੀਤੀ। 3 ਮਾਵਾਂ ਧੀਆਂ ਨੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਮੇਰੀ, ਮੈਨੂੰ ਕੋਈ ਖਿੱਚਦੀਆਂ ਬਾਹਰ ਲੈ ਆਈਆਂ ਗਲੀ 'ਚ, ਮੈਨੂੰ ਘਰ ਦੇ ਮੇਰੇ ਫਿਰ ਅੰਦਰ ਲੱਗ ਗਏ, ਮੇਰੀ ਚੁੰਨੀ ਗਲ 'ਚ ਪਾ ਕੇ, ਢਿੱਡ 'ਚ ਲੱਤਾਂ ਇੰਨੀਆਂ ਮਾਰੀਆਂ ਗੋਲੀ ਚੁੰਨੀ, ਫਿਰ ਖਿੱਚ ਕੇ ਲੈ ਆਈਆਂ। ਉਦੋਂ ਬਾਅਦ ਉਹਨਾਂ ਨੇ ਆਪਣੇ ਆਪ ਦੇ ਆਪੇ ਚਾਕੂ ਮਾਰ ਲਏ ਗਏ। ਮੇਰਾ ਬਹੁਤ ਬੁਰਾ ਹਾਲ ਹੈ ਇਸ ਟਾਈਮ, ਮੇਰਾ ਬਹੁਤ ਬੁਰਾ ਹਾਲ ਹੈ। 3 ਮਾਵਾਂ ਧੀਆਂ ਨੇ, ਸਰਬਜੀਤ ਇੱਕ ਤਾਂ, ਪ੍ਰੀਆ ਕੁੜੀ ਦਾ ਨਾਂ, ਹਾਂਜੀ 7-8 ਮਹੀਨਿਆਂ ਤੋਂ। ਕੀ ਚੋਰੀ ਹੋਇਆ ਤੁਹਾਡਾ? ਸਾਡਾ ਤਾਂ 4-5 ਮਹੀਨੇ ਤੋਂ ਚੋਰੀ ਹੋ ਰਿਹਾ, ਅਸੀਂ ਚੁੱਪ ਬੈਠੇ ਸੀਗੇ। ਹੁਣ ਸਾਡਾ ਬਹੁਤ ਵੱਡਾ ਨੁਕਸਾਨ ਕਰਤਾ ਇਹਨੇ, 4-5 ਲੱਖ ਦਾ ਨੁਕਸਾਨ ਕਰਤਾ, ਕੈਸ਼ ਵੀ ਲੈ ਗਏ, ਸਾਰਾ ਸੋਨਾ ਵੀ ਲੈ ਗਈ, ਚਾਬੀਆਂ ਬਣਵਾਈ ਬੈਠੀ ਹੈ ਗੇਟ ਦੀਆਂ। ਚੋਰੀ ਪਰ ਸ਼ੁੱਕਰਵਾਰ ਨੂੰ 3 ਵਜੇ ਚੋਰੀ ਹੋਈ ਆ। 2:30 ਵਜੇ ਦੇ ਡੈਡੀ ਘਰ ਆ ਕੇ ਗੇੜਾ ਮਾਰ ਕੇ ਗਏ, ਉਦੋਂ ਬਾਅਦ 4 ਵਜੇ ਤੱਕ ਹੋ ਗਈ, 4 ਵਜੇ ਦੇ ਡੈਡੀ ਆਏ, ਸਾਰਾ ਘਰ ਬਰਬਾਦ ਹੋਇਆ ਪਿਆ। ਉਹਨਾਂ 'ਤੇ ਪੂਰੀ ਕਾਰਵਾਈ ਹੋਵੇ, ਸਾਡੀ ਚੀਜ਼ ਸਾਨੂੰ ਮਿਲ ਜੇ। ਸਰਬਜੀਤ ਕੌਰ ਕੀ ਗੱਲ ਹੋਈ ਹੈ? ਸਰ ਜੀ, ਇਹਨਾਂ ਨੇ ਸਾਡੇ 'ਤੇ ਨਾ ਚੋਰੀ ਦਾ ਝੂਠਾ ਇਲਜ਼ਾਮ ਲਾਤਾ ਸੀਗਾ, ਅਤੇ ਥਾਣੇ 'ਚ ਸਾਡੇ 'ਤੇ ਰਪਟ ਲਿਖਾਈ ਸੀ। ਜਦੋਂ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ SHO ਸਰ ਨੇ, ਉਹ ਸਰ ਕਹਿੰਦੇ ਕੋਈ ਗੱਲ ਨਹੀਂ, ਪੁੱਛ ਗਿੱਛ ਕਰਕੇ ਅਸੀਂ ਤੁਹਾਨੂੰ ਬਾਅਦ 'ਚ ਬੁਲਾ ਲਾਂਗੇ। ਜਦੋਂ ਅਸੀਂ ਘਰ ਆਏ ਉਦੋਂ ਇਹ ਸਾਰੇ ਇਹਨਾਂ ਦੇ ਘਰ ਦੇ ਸਾਰੇ ਸਾਡੇ ਗੱਲ ਪੈ ਗਏ, ਮੇਰੀ ਕੁੜੀ ਨੂੰ ਕੁੱਟਣ ਲੱਗ ਗਏ, ਛੋਟੀ ਨੂੰ ਜਦੋਂ ਮੈਂ ਛੁਡਾਉਣ ਲੱਗੀ ਤਾਂ ਸਾਰਿਆਂ ਨੇ ਮੈਨੂੰ ਫੜ ਲਿਆ, ਸਾਰੀ ਗਲੀ ਦੇ ਵਿੱਚ ਸਾਡੇ ਨਾਲ ਇੱਟਾਂ ਮਾਰਨ ਲੱਗ ਗਏ ਸਾਡੇ। ਅਸੀਂ ਬਚਾ ਕੇ ਕੋਠੇ 'ਤੇ ਭੱਜਿਆ ਹੀ, ਉਤਰਦੀ ਤਾਂ ਇਹਨਾਂ ਨੇ ਮੇਰੇ ਗਲ 'ਤੇ ਚਾਕੂ ਮਾਰਿਆ ਜੀ। ਫਿਰ ਗਲੀ 'ਚ ਆ ਕੇ ਮੈਂ ਕਿਹਾ ਮੈਂ ਨਹੀਂ ਜੀਣਾ ਹੈਗਾ, ਮੇਰੇ 'ਤੇ ਝੂਠਾ ਇਲਜ਼ਾਮ ਲਾਉਂਦਾ ਸਰ ਜੀ, ਫਿਰ ਮੈਂ ਚਾਕੂ ਮਾਰ ਲਿਆ। ਚਾਕੂ ਰਾਜ ਕੁਮਾਰ ਨੇ ਮਾਰਿਆ ਸੀ ਜੀ, ਪਹਿਲਾਂ ਅੰਦਰ ਹੀ ਉਹਦੇ ਘਰ ਵਾਲਾ ਚਾਕੂ ਹੀ। ਹਾਂ, ਮੇਰੇ ਕੋਲ ਇੱਥੇ ਗੁਰੂ ਨਾਨਕਪੁਰਾ ਮੁਹੱਲੇ ਦੇ ਵਿੱਚੋਂ 2 ਔਰਤਾਂ ਆਪਸ ਵਿੱਚ ਲੜਾਈ ਕਰਕੇ ਦਾਖਲ ਹੋਈਆਂ ਨੇ। ਉਹਨਾਂ ਨੇ ਇੱਥੇ ਆ ਕੇ ਸਾਨੂੰ ਦੱਸਿਆ ਕਿ ਇੱਕ ਦੂਜੇ 'ਤੇ ਉਹਨਾਂ ਨੇ ਸੱਟਾਂ ਮਾਰੀਆਂ ਨੇ, ਅਸੀਂ ਉਹਨਾਂ ਦੀ MLR ਤਿਆਰ ਕਰ ਰਹੇ ਹਾਂ, ਉਸ ਤੋਂ ਬਾਅਦ ਪੁਲਿਸ ਨੂੰ ਇਨਫੋਰਮੇਸ਼ਨ ਭੇਜਾਂਗੇ। ਉਸ ਤੋਂ ਪਹਿਲਾਂ ਵੀ ਦੀ ਸੰਬੰਧਿਤ ਕੋਤਵਾਲੀ ਦੇ ਇੰਚਾਰਜ ਅਤੇ ਹੋਰ ਪੁਲਿਸ ਅਧਿਕਾਰੀ ਇੱਥੇ ਆ ਕੇ ਗਏ ਨੇਗੇ, ਉਹਨਾਂ ਨੇ ਉਹਨਾਂ ਤੋਂ ਕੁਝ ਵੇਰਵਾ ਵੀ ਲਿਆ ਗਿਆ। ਬਾਕੀ ਜਿਹੜੀ ਅਗਲੀ ਕਾਰਵਾਈ ਹੈਗੀ ਉਹ ਪੁਲਿਸ ਨੇ ਕਰਨੀ ਹੈ, ਅਸੀਂ MLR ਤਿਆਰ ਕਰਕੇ ਉਹਨਾਂ ਨੂੰ ਦੇ ਦਿਆਂਗੇ।